نبیاں دے سلطان دی آکھاں پیا رو کے فرمایا او غریب سدیں دل بچڑا جے توں ریا تو وطن چھڑا بے آریت دی مجبوری توں پردا میں لکھ دبا کھانا کراں او غریب سدیں دن بچڑا جے توں ریا تو وطن چھڑاوے بے آریت دی مجبوری توں گھن پردا دار ستاوے آدھن پھلدا پھلدا باغ اپنا کھڑا نام خدا لٹواوے نبی فرمائے دندر اصل غریب تاں ہوندا اے جن دی لاش نہ کوئی سبحان اللہ اے گل کیتی اے حسین روندا روندا گھر آئے زینب دی پئی نگاہ بھرا دے گل چ بائی پا کے آ رہی ہے روندا کیوں اے حسین رو کے فرمایا حسان جانے تے نانا جانے ساڈا کہنا لکے تکرار یاد آئے حسان پردیسی آئے وہ ٹر وجنا ہے ات ٹکنا ہے چار مولا تیری انج قبول فرمایا اس غم دا سرکار دنیا دا کوئی مدد دیکھے انج صاف کر کے ایک صلوات پڑھو اچھی آواز اللہ نعرہ تکبیر بہت بلند نام ہے کائنات مالک دا سارے نام چاہو نعرہ تکبیر نعرہ رسالت نعرہ حیدری شینیت آل محمد دے دشمن تے لعنت ملک عرب دا ایک خاندان ہے جڑا تے دے نام تو مشہور ہے توجہ ہے آپ میں گزارش کر رہا ہوں ملک عرب دا ایک خاندان ہے جڑا تے دے نام تو مشہور ہے اس خاندان دا ایک بڑا مشہور بندہ ہے ضرب المثل ہے جن دی کوئی مثال نہیں تو سجان دے ہو اس سے تے خاندان دا ایک بندے جس کا نام حاتم حاتم تائی یہ تے کولو تائی ہے حاتم تائی ایک دھیے ایک اس کا پتر ہے دھی کا نام سمانے سمانا پتر کا نام آدی ہے قلعہ خیبر جڑا فتح ہوئے نا سرب کائنات نے اپنی فوج نے حکم دیتا حاتم تائی دے قلعے تے حملہ کرو حملہ کیتا ادھی نس گیا ادھی نس گیا یہ سمانا گرفتار ہو گئی حاتم تائی دی تھی رسالت ماں دی خدمت چلے آئے سرکار پوچھا تو کہتی تھی میں سمانا دی میں اس دی تھی آن جڑا زمانے تے سخی مشہور ہے حالانکہ اس کو پہلے اس کلمہ نہیں پڑھیا جناب فرمایا اس نو عزت و احترام دے نال اس دے گھر پہنچ ایک گھر آئی ادھی نو پتہ لگا کہ میری بہن ہے واپس آ گئی بہن دے کول آ کے آدے میں حیران ہاں تو دشمن کو واپس آ گئی ہے سمانا دی خبردار تو دشمن آ گئے وہ تو کریم ہی بہو ہے نا مرحبا صبح اللہ تعالیٰ سلام میں کلمہ پڑھے گیا اس دا اخلاق دیکھ کے پیار دیکھ کے محبت دیکھ کے
ਬਹਿਣ ਨੇ ਭਰਾ ਨੂੰ ਵੀ ਅਮਾਦਾ ਕੀਤਾ ਇਸਲਾਮ ਕਬੂਲ ਕਰਨ। ਅੱਦੀ ਨੂੰ ਦੋ ਸ਼ਰਤ ਹਾਸਿਲ ਇਹ ਮੁਹੰਮਦ ਦਾ ਵੀ ਸਾਹਬੀ ਰਹੇ ਨਬੀ ਦੇ ਬਾਅਦ ਅਲੀ ਦਾ ਵੀ ਸਾਹਬੀ ਰਹੇ। ਜਨਾਬੀ ਅਲੀ ਨੇ ਜਿਤਨੀਆਂ ਵੀ ਜੰਗਾਂ ਲੜੀਆਂ ਨੇ ਅੱਧੀ ਪੇਸ਼ ਪੇਸ਼ ਹੁੰਦਾ ਹੈ। ਅੱਧੀ ਦੇ ਪੰਜ ਪੁੱਤਰ ਤਰਫਾ ਮਤਰਫਾ ਮੁਹੰਮਦ ਜ਼ਰੀਫ ਔਰ ਤਿਰਮਾ। ਤਵਜੋ ਸਭ ਤੋਂ ਛੋਟਾ ਪੁੱਤਰ ਹੈ ਜਿਸ ਦਾ ਨਾਮ ਹੈ ਤਿਰਮਾ। ਇੱਕ ਬਾਤ ਮੈਂ ਵਾਅਦਾ ਕਰ ਛੋੜਾਂ, ਤਿਰਮਾ ਦਾ ਪੂਰੇ ਅਰਬ ਵਿੱਚੋਂ ਕੱਦ ਲੰਬਾ ਹੈ, ਬੜਾ ਵੱਡਾ ਕੱਦ ਹੈ। ਜੰਗੇ ਸਫੀਨ ਵਿੱਚ ਅਸੀਂ ਦੇ ਚਾਰ ਪੁੱਤਰ ਮਾਰੇ ਗਏ ਨੁਸਰਤ ਅਲੀ ਵਿੱਚ, ਤਰਫਾ ਮਤਰਫਾ ਮੁਹੰਮਦ ਔਰ ਜ਼ਰੀਫ, ਇੱਕ ਤਿਰਮਾ ਬਚ ਗਿਆ। ਇਹ ਅੱਧੀ ਵਾਪਸ ਆਇਆ, ਅਮੀਰ ਸ਼ਾਮ ਨੂੰ ਪਤਾ ਲੱਗਾ ਜੋ ਅੱਧੀ ਦੇ ਚਾਰ ਪੁੱਤਰ ਮਾਰੇ ਗਏ। ਇਹ ਆਪਣੇ ਹਵਾਰੀਆਂ ਨੂੰ ਸਾਥੀਆਂ ਨੂੰ ਆਖਦਾ ਆਓ ਜ਼ਹਿਰੀ ਮੁਕਾਨ ਦੇ ਆ, ਇਹ ਮੂੰਹ ਰੱਖਣੀ ਕਰ। ਮੂੰਹ ਰੱਖਣੀ ਦਾ ਮਤਲਬ ਸਮਝੇ ਜੀ, ਯਾਨੀ ਇਹ ਇੱਥੋਂ ਨਹੀਂ ਇੱਥੋਂ ਮੂੰਹ ਰੱਖਣੀ ਕਰ। ਲੋਕ ਇਸ ਦੇ ਨਾਲ ਆਵੇ ਨਾ ਤੇ ਜਿੱਥੇ ਅੱਧੀ ਆਪਣੀ ਹਵੇਲੀ ਦੇ ਬਾਹਰੋਂ ਕੁਰਸੀ ਲਾ ਕੇ ਬੈਠੇ ਫਾਖਰ ਵਾਲੀ ਪਾਸੇ ਕੁਰਸੀ ਲਾ ਕੇ ਬੈਠੇ। ਅਮੀਰ ਸ਼ਾਮ ਕਰੀਬ ਆਇਆ, ਇਸ ਦੀ ਹਾਲਤ ਜਿੱਥੇ ਸੀ ਲੋਕਾਂ ਨੂੰ ਆਦੇ ਪਾਗਲ ਹੋ ਗਏ, ਜ਼ਿਹਨੀ ਤਵਾਜ਼ਨ ਖੋ ਬੈਠੇ। ਇਸ ਦੇ ਚਾਰ ਪੁੱਤਰ ਮਾਰੇ ਗਏ, ਇਹ ਹੱਸਦਾ ਬੈਠਾ ਹੈ। ਲਵ ਜ਼ਿਆਦਾ ਜੇ ਤਵੱਜੋ ਹੋਵੇ ਤਾਂ ਚਾਰ ਪੁੱਤਰ ਮਾਰੇ ਗਏ ਬਜਾਏ ਰੋਣ ਦੇ, ਇਹ ਹੱਸਦਾ ਬੈਠਾ ਸੀ ਕਿ ਤਵਾਜ਼ਨ ਖੋ ਬੈਠੇ। ਪਾਗਲ ਹੋ ਗਿਆ ਜੀ, ਇਸ ਦੇ ਪਾਸੇ ਦੇਖ ਕੇ ਕਹਿੰਦਾ ਖਬਰਦਾਰ ਪਾਗਲ ਮੈਂ ਨਹੀਂ, ਪਾਗਲ ਤਾਂ ਤੁਸਾਂ ਹੋ। ਆਦਿਮ ਤੇਰੇ ਚਾਰ ਪੁੱਤਰ ਮਾਰੇ ਗਏ ਨਾ, ਸਾ ਤੈਨੂੰ ਪਰਚਾਵਣਾ ਹੈ। ਅਤੀ ਆਦਿਮ ਚਾਰ ਇਨ ਚਾਰ ਹਜ਼ਾਰ ਵੀ ਹੋਵੇ ਨਾ, ਅਲੀ ਦੀ ਜੁੱਤੀ ਤੂੰ ਕੁਰਬਾਨ ਕਰ। ਤਿਰਮਾ ਬੱਚਾ ਇੱਕ ਹੈ, ਤਿਰਮਾ ਸਭ ਤੋਂ ਛੋਟਾ। ਜੰਗੇ ਜਮਾਤ ਹੋਈ, 30,000 ਲਾਸ਼ ਦੇ ਵਿੱਚ ਜਨਾਬੇ ਅਲੀ ਟਹਿ। ਸ਼ਾਮ ਤੋਂ ਖਤ ਆਇਆ ਅਮੀਰ ਸ਼ਾਮ ਦਾ, ਕਾਸਿਦ ਨੇ ਆ ਕੇ ਖਤ ਦਿੱਤਾ। ਅਮੀਰ ਕਾਇਨਾਤ ਨੇ ਖਤ ਖੋਲਾ, ਪੜ੍ਹਨਾ ਸ਼ੁਰੂ ਕੀਤਾ, ਲਿਖਿਆ ਏ ਅਲੀ, ਤੈਂ ਜਿਹੜਾ ਕਦਮ ਚੰਗੇ ਜਮਲ ਚ ਉਠਾਇਆ ਤੈਂ ਚੰਗਾ ਨਹੀਂ ਕੀਤਾ, ਤਿਲਾ ਜ਼ੁਬੈਰ ਨੂੰ ਕਤਲ ਕਰਕੇ ਤੈਂ ਅੱਛਾ ਨਹੀਂ ਕੀਤਾ। ਮੈਂ ਅਨ ਕਰੀਬ ਤੇਰੀ ਤਰਫ ਤੀਰ ਛੋੜਨ ਵਾਲਾ, ਜਿਹਦਾ ਨਿਸ਼ਾਨਾ ਖਤਾ ਨਹੀਂ ਬਣਦਾ, ਜਿਹੜਾ ਤੀਰ ਸੀਨੇ ਚ ਖੁਭ ਹੋਵੇ ਸੀਨਾ ਕਰਾਸ ਕਰੇਂਦਾ ਹੋਇਆ ਕੰਨ ਦੇ ਪਾਸੋਂ ਨਿਕਲ ਵੇ। ਏ ਅਲੀ, ਮੈਂ ਅਨ ਕਰੀਬ ਫੌਜ ਲੈ ਕੇ ਪਹੁੰਚਣਾ ਵਾ। ਜਨਾਬੇ ਅਲੀ ਖਤ ਵੀ ਪੜ੍ਹਦੇ ਪਏ ਤੇ ਥੋੜਾ ਥੋੜਾ ਮੁਸਕਰਾਉਂਦੇ ਵੀ ਪਏ। ਸਾਹਬੀ ਪੁੱਛਿਆ ਸਾਈਂ ਕਹਿੰਦਾ ਖਤ ਅਲੀ, ਫਰਮਾਇਆ ਹਿੰਦ ਜਿਗਰ ਖਾਰਾ ਦਾ ਪੁੱਤਰ ਜੰਗ ਕਰਨਾ ਚਾਹੁੰਦਾ ਹੈ। ਹਾਏ ਹਾਏ ਮੌਲਾ ਨੇ ਤੁਸਾਂ ਅਲੀ ਫਰਮਾਇਆ, ਮੈਂ ਉਸਦਾ ਚੈਲੰਜ ਕਬੂਲ ਕੀਤਾ। ਖਤ ਲਿਖਿਆ ਮੇਰੇ ਇਮਾਮ ਨੇ, ਖਤ ਦਾ ਜਵਾਬ, ਖਤ ਮੁਕੰਮਲ ਹੋਇਆ, ਸੜ ਮਾਰਾ ਤਿਰਮਾ ਨੂੰ ਸਦ। ਸਾਹਬੀ ਆਦਮ ਜੀ ਕਿਹੜਾ ਤਿਰਮਾ? ਫਰਮਾਇਆ ਜਿਹਦਾ ਕੱਦ ਸਾਰਿਆਂ ਤੋਂ ਉੱਚਾ, ਜਿਹੜਾ ਫਸੀਓ ਬਲੀਗ ਹੈ, ਅਦੀਬੋ ਅਰੀਬ ਹੈ, ਬੇਬਾਕ ਤੇ ਨਿਡਰ ਹੈ। ਤਿਰਮਾ ਕੋਲ ਕੋਈ ਇੱਕ ਸਵਾਲ ਪੁੱਛਿਆ ਕਈ ਕਈ ਜਵਾਬ ਦਿੰਦਾ ਹੈ।
ਚਿਰਬਾ ਆ ਗਿਆ। ਅਲੀ ਫਰਮਾਇਆ ਹੁਣ ਨਾਕਾ ਵੀ ਉਹ ਲੈ ਆਓ ਜਿਹਦਾ ਕੱਦ ਸਾਰਿਆਂ ਤੋਂ ਵੱਡਾ। ਨਾਕਾ ਆ ਗਈ, ਚਿਰਬਾ ਸਵਾਰ ਹੋਇਆ। ਅਲੀ ਫਰਮਾਇਆ ਤੈਂ ਖੱਤ ਖਿੱਚ ਕੇ ਸ਼ਾਮ ਵੰਜਣਾ। ਹੱਥ ਬਣ ਗਿਆ ਤਾਂ ਤੇਰਾ ਹੁਕਮ ਖੁਦਾ ਦਾ ਹੁਕਮ ਹੈ, ਮੈਂ ਕਿਵੇਂ ਠਾਲਾ ਯਾਰ। ਸੋ ਤਾਂ ਲੁਤਬਾ ਸੀ ਨਾ, ਹੁਣ ਜ਼ਰੂਰੀ ਇਹ ਤਾਂ ਨਹੀਂ ਜੋੜੂਗਾ ਨਾ। ਅੱਲਾ ਤਾਲਾ ਬਾਤ ਰੱਖੀ ਨਾ ਕਾ ਸ਼ਾਮ ਦੇ ਪਾਸੇ ਰਵਾਨਾ ਹੋਈ। ਇਮਾਮ ਨੇ ਤਿਰਬਾ ਦੀ ਕੰਢ ਤੋਂ ਬਿਠਾ ਬਾਤ ਲੋਕਾਂ ਦੇ ਪਾਸੇ ਦੇਖ ਕੇ ਫਰਮਾਇਆ, ਲੋਗੋ ਇਹ ਆਮ ਬੰਦਾ ਨਹੀਂ, ਮੈਂ ਅਲੀ ਦਾ ਨਾਇਬ ਪਿਆ ਵੈਂਦਾ। ਸੁਭਾਨ ਨਾਕਾ ਦੌੜਦਾ ਹੋਇਆ ਫਿਰਮਾ ਸ਼ਾਮ ਦੇ ਬਹਿਰ ਪਹੁੰਚਿਆ। ਬਸ ਇੱਕ ਜੁਮਲੇ ਦੇ ਬਾਅਦ ਮੈਂ ਸਾਹਿਬ ਪੜ੍ਹਦਾ। ਅਮੀਰੇ ਸ਼ਾਮ ਨੇ ਸ਼ਾਮ ਦੇ ਬਹਿਰ ਇੱਕ ਬਾਗ ਆਈ, ਉਸਦੇ ਪਾਸੇ ਚਾਰ ਦੀਵਾਰੀ ਬਣਵਾਈ ਹੋਈ, ਉੱਚੀ ਚਾਰ ਦੀਵਾਰੀ। ਵਜਾ ਮੈਂ ਉਮਰੂ ਬਿਨ ਆਸ, ਮਿਰਵਾਨ ਬਿਨ ਹਕਮ, ਸ਼ਿਰਜੀਲ, ਅਬੂ ਹੁਰੈਰਾ ਵਗੈਰਾ ਵਗੈਰਾ। ਇਸ ਚ ਗੱਪ ਲਾਈਏ ਤਾਂ ਸਾਨੂੰ ਬਾਹਰੋਂ ਵੇਖੀ ਕੋਈ ਨਾ। ਇੱਕ ਚਾਰ ਦੀਵਾਰੀ ਬਾਗ ਦੇ ਨਾ ਇਸੇ ਚਾਗਿਰ ਉੱਚੀ ਦੀਵਾਰ ਬਣਵਾਈ ਹੋਈ। ਹੁਣ ਚਾਰ ਬੰਦੇ ਤਾਰੀਖ ਚ ਮਿਲਦੇ ਬਾਗ ਚ ਬੈਠੇ ਨੇ, ਉਮਰੂ ਬਿਨ ਆਸ, ਮਿਰਵਾਨ ਬਿਨ ਹਕਮ, ਸ਼ਿਰਜੀਲ, ਅਬੂ ਹੁਰੈਰਾ। ਇਹ ਚਾਰ ਬੰਦੇ ਬਾਗ ਚ ਬੈਠੇ ਨੇ। ਅਲੀ ਦੇ ਨੌਕਰ ਦਾ ਗੁਜ਼ਰ ਹੋਇਆ ਇਸ ਚਾਰ ਦੀਵਾਰੀ ਕੋਲੋਂ, ਅਲੀ ਦੇ ਨੌਕਰ ਦਾ ਗੁਜ਼ਰ ਹੋਇਆ। ਜਿਹੜੀ ਉੱਚੀ ਚਾਰ ਦੀਵਾਰੀ ਹੈ, ਤਿਰਮਾ ਸੀਨੇ ਹੇਠ ਰੱਖੀ ਆਉਂਦਾ ਹੈ। ਇਹਨਾਂ ਨੇ ਠਾ ਨਾ ਇੱਕ ਬਹਿਣ ਵਾਲੇ ਨੂੰ ਏਡਾ ਉੱਚਾ ਬੰਦਾ, ਇਹ ਇੱਕ ਬਹਿਣ ਵਾਲੇ ਨੇ ਆ ਅਰਬ ਦਾ ਕੋਈ ਜੱਟ ਹੈ, ਇਸ ਨਾਲ ਮਜ਼ਾਕ ਕਰੀਏ। ਇਹ ਸਾਹਮਣੇ ਆਏ ਆਦਨੇ ਹੋਏ ਅਰਬ ਦੇ ਜੱਟਾ, ਇਹ ਸਾਜੋ ਆਸਮਾਨ ਨਾਲ ਟਕਰਾਈਆਂ ਨਹੀਂ, ਕੋਈ ਆਸਮਾਨ ਦੀ ਖਬਰ ਹੈ। ਅਲੀ ਦੇ ਨੌਕਰ ਨੇ ਨਾਕਾ ਰੋਕੀ, ਨਾਕਾ ਤੋਂ ਲੱਥਾ ਤਾਮਲ ਨਾਲ ਇਹਨਾਂ ਆਖਿਆ ਅਰਬ ਦੇ ਜੱਟਾ ਇਹਨਾਂ ਦੇ ਪਾਸੇ ਦੇ ਕਹਿੰਦਾ ਹੋਏ ਸ਼ਾਮ ਦੇ ਬਦਤਮੀਜ਼ੋ, ਪੁੱਛਦੇ ਹੋ ਤਾਂ ਖਬਰ ਹੈ ਕਿਹੜੀ ਖਬਰ ਹੈ? ਮੇਰਾ ਮੌਲਾ ਅਲੀ ਅਨ ਕਰੀਬ ਤਲਵਾਰ ਲੈ ਕੇ ਤੁਹਾਡੇ ਤੱਕ ਪਹੁੰਚਣ ਵਾਲਾ ਹੈ। ਉਹ ਇੱਕ ਬੈਨ ਆਦੇ ਨੇ ਬੜਾ ਹੁਸ਼ਿਆਰ ਬੰਦੇ, ਗੱਲ ਇਹ ਪੁੱਛੀਏ ਜਵਾਬ ਕਹੀ ਦਿੱਤੇ ਸੀ। ਇਹ ਕੋਈ ਅਲੀ ਦਾ ਨੌਕਰ ਕਿੱਥੋਂ ਪਿਆ? ਮੈਂ ਆਦੇ ਆਪਣੇ ਬਾਦਸ਼ਾਹ ਦੀ ਬਾਰਗਾਹ ਚ ਪਿਆ, ਕਿਹਨੂੰ ਮਿਲਣੇ? ਇਹ ਆਦਾ ਤੁਹਾਡੇ ਝੂਠੇ ਤੇ ਨਕਲੀ ਅਮੀਰ ਨੂੰ ਮਿਲਣਾ। ਇੱਕ ਬੈਨ ਆਦੇ ਨੇ ਡਰਦਾ ਵੀ ਨਹੀਂ, ਇਤਨਾ ਨਹੀਂ ਡਰ ਬੜਾ ਹੈ। ਇਹਨਾਂ ਇਤਲਾਹ ਦਿੱਤੀ ਅਮੀਰੇ ਸ਼ਾਮ ਨੂੰ, ਅਲੀ ਬਾਦਸ਼ਾਹ ਦਾ ਕਾਸਿਦ ਆ ਜਾਏ, ਦਰਬਾਰ ਸਜਾ ਠਾਟ ਬਾਟ ਐਸੀ ਹੋਵੇ, ਅਲੀ ਦਾ ਨੌਕਰ ਦਰਬਾਰ ਟੇਕ ਕੇ ਇਹ ਰੋਕ ਥੱਲੇ ਆਵੇ। ਤ੍ਰੈ ਦਿਹਾੜੇ ਦਰਬਾਰ ਸਜਦਾ ਰਿਹਾ, ਤ੍ਰੈ ਦਿਹਾੜੇ ਦਰਬਾਰ ਸਜਦਾ ਰਿਹਾ। ਤੀਸਰੇ ਦਿਹਾੜੇ ਆ ਕੇ ਤਖ਼ਤ ਤੇ ਬੈਠਾ, ਇਹਨਾਂ ਤਿਰਮਾ ਨੂੰ ਆਖਿਆ ਆ ਦਰਬਾਰ ਵਿੱਚ ਕੈਲਾ ਦੀ ਕੀਮਤ ਲਫ਼ਜ਼ਾ। ਤਿਰਮਾ ਇਹਨੇ ਨਜ਼ਰ ਮਾਰੀ ਨਾ ਦਰਬਾਰ ਵਿੱਚ, ਹਰ ਬੰਦਾ ਜੁੱਤੀ ਲਾਹਾ ਕੇ ਬੈਠਾ ਆਪਣੇ ਆਪ ਵਿੱਚ, ਆਦਾ ਅਗਰ ਤੂੰ ਵੀ ਜੁੱਤੀ ਲਾਹਾ ਹੈ ਇਹਨਾਂ ਤੇ ਤੇਰੇ 'ਚ ਬਸ ਫਰਕ ਤਾਂ ਨਾ ਰਹਾ ਸੀ। ਜਿਵੇਂ ਸ਼ੇਰ ਜੰਗਲ ਨੂੰ ਆਪਣੀ ਮਲਕੀਅਤ ਸਮਝ ਕੇ ਤੁਰਦਾ ਹੈ। ਤਾਰੀਖ ਚ ਮਿਲਦਾ 35 ਸੁਰਾ ਆਪਣੇ ਨੇਸੇ ਨਾਲ ਇੱਕ ਕਾਲੀਨ ਤੇ ਕੀਤੇ ਸੀ 35 ਸੁਰਾ। ਇੱਕ ਸਿਪਾਹੀ ਅੱਗਾ ਵੱਧ ਕੇ ਆਦਾ, ਉਹ ਜੱਟ ਨੇ ਉਹਨਾਂ, ਉਹ ਜੀ ਇੱਡਾ ਕੀਮਤੀ ਕਾਲੀਨ ਆਈ, ਕਮ ਅਜ਼ ਕਮ ਜੁੱਤੀ ਤਾਂ ਲਾਹੇ ਚਾਹ,
ਮੂੰਹ ਤੇ ਤਮਾਚਾ ਮਾਰ ਕੇ ਆਦਾ ਬੇਹਯਾ ਜ਼ਮਾਨੇ ਦਾ ਜੁੱਤੀ ਕਿਉਂ ਲਾਈ, ਇਹ ਕੋਈ ਵਾਦੀ ਹੈ ਮੁਕੱਦਸ ਹੈ। सलाम क्यों नहीं किया तिरमा आदाय मरे तू अमीर अल मोमिनीन ਤੇਰੇ ਘਰ ਫਾਕੇ ਇੱਥੋਂ ਜੋ
जो कुछ चावनी चाल है खदमा ते हाथ ला के आ रहे हैं तेरी जुत्ती का सदका माल बड़ा मिले है। अली फरमाया चोरी की थी यही अदब का सर झुका के आ रहे हैं तेरे दरवाजे ते चोरी का दर्श नहीं मिलता। तेरी तारीफ की थी ये दुश्मन को मार ले है। बहुत माल मिले। हुसैन ने बाबे फरमाया अगर मैं कुछ मंगा था देसे हथ बन के आ बादशाह तू कायनात के मालिक को मैं के दे सकता। जनाबे अमीर ने तिरमा दी बाह च पकड़ा उस जात लै गए जिथे हुसैन बैठा है। अली फरमाया तिरमा इस नु गौर नाल देख ये मेरा गरीब हुसैन है। मरहबा मरहबा सुभान किसे वक्त ज हुसैन और बता हो फटे भी ना इसकी मदद जरूर करे। ये जड़ा सादा का काफला मदीने तो टुरे ना एक कासिद वैंदे हैं तिरमा नु पता लगे ये भी अपने वतन तू करबला तो टुरे एक करबला दी जंग च मौजूद है जख्मी होया शहीद नहीं होया। कुफे दे लोग इस मुचा के कुफे लाए मरम पट्टी की थी कि बच गए अखबार नवीस नु पता लग गए जो तिरवाह नामी शख्स करबला दी जंग च मौजूद है। ये तलाश करें जाए तिरवाह ने दरवाजे पे आए इस तक कुलबाब की थे नौकर ने आके पूछिए ये अखबार नवी सद है मैं तिरवाह नु मिलना चाहता। नौकर आ रहे जटा का अकबर जीन तू लथ है ना तिरमा कहनो मथे नहीं लगता इज्जत की थी याद है मैं मिलने बगैर ना हुआ एहसास। नौकर ने आकर तिरमा नो दसिया अखबार नवी सद है मैं मिलने बगैर ना हुआ एहसास। तिरमा कमर ते हाथ रख के उठे कमर सीधी करके ढा मार के करबला नो डे के याद है तेरी चादर दा वड़ा अरमान है। सुभान अल्लाह सुभान अल्लाह तेरा भला करे सिवाय गमे हुसैन दुनिया दा कोई गम ना देखे। ये अखबार नवी सद है तू जा करबला च मौजूद है मैं तेरे को पूछना आया करबला विच कीड़ा कीड़ा जुल्म होया है पहले तू ज्यादा रोना है लोग क्या दे कोई एक जुल्म हो अकबर लहदा वदा आई जो कासिम दा वैन आया है चाचा जल्दी आ मेरे पैर रखा बाच फस गए मरहबा मरहबा सारा दिन गरीब लाश चाहता है मरहबा मौला सलामत रखे चुका है या मैं मुहर्रम में उस गरीब का जुमला पढ़ना चाहना जिसनु मां चाह के जीन से बिठाए। सुभान अल्लाह कोई ऐसा दर्द नहीं जिड़ा था सुनया नहीं ये दास्तान ऐसी है गम ऐसा है कई हजार साल गुजर गए कहनो ये दस मुहर्रम की रात लथी है देखो मेरे पास जो मला पड़ता है दामा रात लथी है जिड़ी कल रात आंदी पई है। शबीर अपनी फौज का जैसा गिनने वास्ते उठे आखिरी खैमा को लाए ना हुसैन त्रय जवान खड़े अब्बास अकबर कासिम। अब्बास आ रहे दसवीं का दिन चढ़सी ना सब तो पहले मैदान च पाए हुए अकबर कदमा ते हाथ ला के आ रहे तू चाचा भी है उस्ताद भी है भी मैं बाबे दे मुंह च सुने जड़ा अब्बास जी तुलासी ना मेरे कमर त्रुट हुए से और नमा मसाहिब तो मैं तेरा नहीं सुना सकता। सुभान अल्लाह लिहाजा मैदान च मैं वैसा अब्बास अकबर की पेशानी चुन के फरमाया मैं मौला दे मुंह च सुना जड़ा अकबर सी छुड़े सी मेरी अखी की बिनाई मुख हो जिमें जो कासिम सुन रहा खड़े ना ही कहा था अब्बास के खदमत
ਮੇਰਾ ਹੱਥ ਅਕਬਰ ਦੇ ਕਦਮਾਂ ਤੇ ਹੱਥ ਬਣ ਕੇ ਆਦਾ ਚਾਚਾ ਗਾਜ਼ੀ ਨਾ ਤੂੰ ਮੰਨੇ ਅਕਬਰ ਫਿਰਾ ਨਾ ਤੂੰ ਮੰਨੇ ਕੌਣ ਵੈਸੀ ਰੋ ਕੇ ਆਦਾ ਮੈਂ ਯਤੀਮ ਜੋ ਹਾਜ਼ਰ ਮਰਹਬਾ ਮਰਹਬਾ ਸੁਭਾਨ ਮੈਂ ਤੁਰ ਵੰਨ ਨਾਲ ਨਾ ਕਹਿੰਦੀ ਕਬਰ ਟੁੱਟ ਸੀ ਨਾ ਕਹਿੰਦੀ ਅੱਖੀ ਦੀ ਵਿਦਾਈ ਬੋਕਸੀ ਜਿਵੇਂ ਜੋ ਮਜ਼ਲੂਮ ਕਰਬਲਾ ਸੁਣਦੇ ਪਿਆ ਨਾ